ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਓਫੀਸ਼ੀਅਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਦਾ। ਮੇਰਾ ਨਾਮ ਹੈ ਫਨਕਾਰ ਅਤੇ ਰੇਸ ਅਕੈਡਮੀ ਓਫੀਸ਼ੀਅਲ 'ਤੇ ਤੁਹਾਡਾ ਸਵਾਗਤ ਹੈ। ਸੋ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਊਗਾ, ਹਾਲਾਂਕਿ ਮੈਂ ਟੈਲੀਗ੍ਰਾਮ 'ਤੇ ਵੀ ਅਪਡੇਟ ਕਰਤਾ ਸੀ, PSSSB ਕਲਰਕ ਆ ਜਿਹੜਾ ਉਹ ਐਗਜ਼ਾਮ ਆਪਣਾ ਡਿਲੇਅ ਹੋ ਚੁੱਕਿਆ। ਕਈਆਂ ਵਾਸਤੇ ਖੁਸ਼ੀ ਦੀ ਗੱਲ ਵੀ ਹੈ, ਕਈਆਂ ਵਾਸਤੇ ਗਮ ਦਾ ਵੀ ਹੈਗਾ ਇਹ ਵਿਸ਼ਾ ਕਿ ਤਿਆਰੀ ਸੀਗੀ ਇਸ ਵਾਰ ਅਤੇ ਫਿਰ ਪੇਪਰ ਪੋਸਟਪੋਨ ਹੋ ਗਿਆ। ਕਈ ਬੱਚੇ ਕਾਫੀ ਵਧੀਆ ਤਿਆਰੀ ਕਰੀ ਬੈਠੇ ਸੀ, ਰਾਈਟ ਆ। ਮੈਨੂੰ ਵੀ ਕਿਤੇ ਨਾ ਕਿਤੇ ਦੁੱਖ ਇਹ ਹੋਇਆ ਕਿ ਬਿਲਕੁਲ ਟਾਈਮ 'ਤੇ ਜਾ ਕੇ ਚੀਜ਼ਾਂ ਨਹੀਂ ਦੱਸਣੀਆਂ ਚਾਹੀਦੀਆਂ, ਜਾਂ ਤਾਂ ਪਹਿਲਾਂ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਸ਼ਡਿਊਲ ਕਰੋ, ਇਹ ਮੌਕਾ ਕਦੇ ਆਵੇ ਹੀ ਨਾ। ਤਾਂ ਹੀ ਕਹਿੰਦੇ ਹੁੰਦੇ ਆ, ਸਰਕਾਰ ਨੂੰ ਕਹਿੰਦੇ ਆ ਕਿ ਪ੍ਰੋਪਰ ਇੱਕ ਕੈਲੰਡਰ ਬਣਿਆ ਹੋਵੇ। ਜੇਕਰ ਸਾਰੀਆਂ ਚੀਜ਼ਾਂ ਟਾਈਮ ਦੇ ਨਾਲ ਹੋਣ ਤਾਂ ਇਹਨਾਂ ਇਹ ਚੀਜ਼ਾਂ ਕਰਨੀਆਂ ਪੈਣ ਹੀ ਨਾ। ਬਟ ਉਹੀ ਗੱਲ ਆ ਵੀ ਇਹਨਾਂ ਚੀਜ਼ਾਂ 'ਤੇ ਸਿਰਫ ਬਹਿਸ ਹੋ ਸਕਦੀ ਆ, ਇੰਪਲੀਮੈਂਟ ਹੋਣਾ ਮੈਨੂੰ ਲੱਗਦਾ ਨਾਮੁਮਕਿਨ ਜਿਹਾ ਲੱਗ ਰਿਹਾ ਫਿਲਹਾਲ। ਦੇਖੋ, ਕਿਉਂਕਿ ਸਿੱਧੀ ਜਿਹੀ ਗੱਲ ਆ, ਹਰੇਕ ਦਾ ਆਪਣਾ ਆਪਣਾ ਤਰੀਕਾ ਕੰਮ ਕਰਨ ਦਾ, ਸਰਕਾਰ ਵੀ ਜਿਵੇਂ ਕੰਮ ਕਰਦੀ, ਚਲੋ ਠੀਕ ਹੈ, ਰਾਈਟ। ਚਲੋ ਖੈਰ, ਤਾਂ ਮੇਰੇ ਕਹਿਣ ਦਾ ਮਤਲਬ ਕੀ ਹੈ ਕਿ ਆਪਾਂ ਤਾਂ ਪੋਜ਼ਿਟਿਵ ਹੀ ਰਹਿਣਾ। ਪੋਜ਼ਿਟਿਵ ਦਾ ਮਤਲਬ ਕੀ ਹੈ ਕਿ ਜੇਕਰ ਤੁਸੀਂ ਸੈਡ ਹੋਵੋਗੇ ਉਹਦੇ ਨਾਲ ਵੀ ਕੁਛ ਬਣਨ ਵਾਲਾ ਤਾਂ ਹੈ ਨਹੀਂ। ਸੋ ਆਪਣੀ ਤਿਆਰੀ ਨੂੰ ਜਾਰੀ ਰੱਖਾਂਗੇ। ਮੈਗਾ ਸੈਸ਼ਨਸ ਵਗੈਰਾ ਮੈਂ ਆਲਰੇਡੀ ਪਾ ਰਿਹਾ ਸੀ, ਮੈਂ ਤਾਂ ਆਪ ਦਿਨ ਰਾਤ ਕੀਤੀ ਹੋਈ ਸੀ ਕਿ ਚਲੋ ਵੱਧ ਤੋਂ ਵੱਧ ਕੰਟੈਂਟ ਹੁਣ ਚੱਲਿਆ ਜਾਵੇ, ਮੈਗਾ ਸੈਸ਼ਨ ਇੱਕ ਤਰ੍ਹਾਂ ਦੀ ਰਿਵੀਜ਼ਨ ਹੋ ਜਾਵੇ। ਆਲਰੇਡੀ ਆਪਾਂ ਮੈਗਾ ਸੈਸ਼ਨ ਇੱਕ ਤਾਂ ਲੈ ਕੇ ਆ ਵੀ ਗਏ ਸੀ, ਹੁਣ ਮੈਥ ਦਾ ਆਉਣਾ ਸੀ, ਫਿਰ ਕਰੰਟ ਅਫੇਅਰ ਦਾ ਸੀਗਾ, ਬਹੁਤ ਕੁਛ ਸੀਗਾ, ਰਾਈਟ ਆ। ਚਲੋ ਖੈਰ, ਜੋ ਵੀ ਹੋਇਆ ਕੋਈ ਚੱਕਰ ਵਾਲੀ ਗੱਲ ਨਹੀਂ, ਆਪਾਂ ਕਲਾਸਿਸ ਨੂੰ ਕਰਾਂਗੇ ਕੰਟੀਨਿਊ। ਐਂਡ ਉਹ ਕਲਾਸਿਸ ਦਾ ਹੁਣ ਟਾਈਮ ਟੇਬਲ ਅੱਗੇ, ਯਾਨੀ ਕੀ ਹੈ ਬੇਸਿਕਲੀ, ਪੇਪਰ ਤਾਂ ਚਲੋ ਜਿਹੜਾ ਡਿਲੇ ਹੋਣਾ ਸੀ ਹੋ ਗਿਆ, ਪਰ ਹੁਣ ਕਲਾਸਿਸ ਦਾ ਸ਼ਡਿਊਲ ਅੱਗੇ ਕੀ ਹੈ, ਕੀ ਟਾਈਮ ਟੇਬਲ ਆ, ਉਹ ਮੈਂ ਸਾਰਾ ਤੁਹਾਨੂੰ ਦੱਸਣ ਜਾ ਰਿਹਾ। ਬਟ ਇੱਕੋ ਇੱਕ ਚੀਜ਼ ਦਾ ਧਿਆਨ ਰੱਖਿਓ, ਪੇਪਰ ਪੋਸਟਪੋਨ ਚਾਹੇ ਹੋਰ ਵੀ ਹੋ ਜਾਵੇ, ਯਾਨੀ ਕੋਈ ਡੇਟ ਹਜੇ ਆਪਾਂ ਨੂੰ ਪਤਾ ਨਾ ਵੀ ਲੱਗੇ ਇੱਕ ਮਹੀਨਾ, ਪਰ ਪਲੀਜ਼ ਕੰਟੀਨਿਊਟੀ ਬਣਾ ਕੇ ਰੱਖਿਓ। ਪੇਪਰ ਪਾਸ ਹੋਣ ਵਾਲਾ ਜਵਾਕ ਦੀ ਜੇਕਰ ਇੱਕ ਖਾਸੀਅਤ ਆਪਾਂ ਜਵਾਕ ਨੂੰ ਕੱਢ ਲਈਏ ਵੀ ਜਿਹੜੇ ਆਹ ਪਾਸ, ਆ ਵੀ ਪਾਸ ਹੋ ਗਿਆ, ਆ ਵੀ ਪਾਸ ਹੋ ਗਿਆ, ਜੇਕਰ ਪਿਛਲੇ ਪੇਪਰਾਂ ਦੀ ਗੱਲ ਕਰ ਲਈਏ, ਤਾਂ ਸਾਰਿਆਂ ਦੇ ਵਿੱਚ ਇੱਕੋ ਚੀਜ਼ ਤੁਹਾਨੂੰ ਕੌਮਣੇ ਵੇਲੂ, ਕੰਸਿਸਟੈਂਸੀ, ਯਾਨੀ ਉਹਨਾਂ ਨੇ ਪੜ੍ਹਾਈ ਦਾ ਖਿਹੜਾ ਛੱਡਿਆ ਨਹੀਂ, ਹੌਲੀ 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 ਉਹ ਤਿਆਰੀ ਕਰਦੇ ਰਹੇ ਆ, ਐਂਡ ਉਹ ਮੋਟੀਵੇਟ ਆਪ ਹੀ ਹੁੰਦੇ ਰਹੇ ਆ। ਉਹਨਾਂ ਨੂੰ ਕਿਸੇ ਵੀਡੀਓ ਦੀ ਜਾਂ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪਈ ਹੋਣੀ। ਸੈਲਫ ਮੋਟੀਵੇਸ਼ਨ ਜਿਵੇਂ ਕਹਿੰਦੇ ਹੁੰਦੇ ਆ, ਵੀ ਆਪਣਾ ਆਪ ਰਿਲਾਈ ਕਰੋ ਕਿ ਤੁਸੀਂ ਕਿੱਥੇ ਕਮੀਆਂ ਕਰ ਰਹੇ ਸੀਗੇ ਹੁਣ ਤੱਕ, ਅਤੇ ਆਪਾਂ ਨੂੰ ਜੇਕਰ ਮੌਕਾ ਮਿਲਿਆ ਤਾਂ ਆਪਾਂ ਇਸ ਨੂੰ ਕਿਵੇਂ ਯੂਟੀਲਾਈਜ਼ ਕਰ ਸਕਦੇ ਹਾਂ। ਤਾਂ ਮੈਂ ਕਲਾਸਿਸ 'ਤੇ ਸਿੱਧਾ ਆਉਣਾ, ਜ਼ਿਆਦਾ ਗੱਲਾਂ ਬਾਤਾਂ ਨਾ ਕਰਦਾ ਹੋਇਆ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ, ਜਿਹੜੇ ਆਲਰੇਡੀ ਮੇਰੇ ਨਾਲ ਜੁੜੇ ਹੀ ਹੋਏ ਆ, ਜਾਂ ਜਿਹੜੇ ਨਹੀਂ ਜੁੜੇ ਹੋਏ ਉਹਨਾਂ ਨੂੰ ਹੁਣ ਪਤਾ ਲੱਗ ਜੂਗਾ ਕਿ ਪਹਿਲਾਂ ਆਪਾਂ ਕੀ ਕਰ ਰਹੇ ਸੀ ਅਤੇ ਉਸ ਨੂੰ ਆਪਾਂ ਕਿਵੇਂ ਕੰਟੀਨਿਊ ਕਰਾਂਗੇ, ਰਾਈਟ ਆ। ਸੋ ਦੇਖੋ, ਚਾਰ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਯੂਟਿਊਬ 'ਤੇ ਅਵੇਲੇਬਲ ਸੀ ਜਾਂ ਚੱਲ ਰਹੀਆਂ ਸੀ ਆਲਰੇਡੀ, ਤਾਂ ਉਹਨਾਂ ਦਾ ਮੈਂ ਚਾਨਣਾ ਪਾਉਣ ਜਾ ਰਿਹਾ। ਇਹ ਸਾਰਾ ਕੁਛ ਯੂਟਿਊਬ 'ਤੇ ਆ, ਯੂਟਿਊਬ ਦਾ ਮਤਲਬ ਓਬਵੀਅਸ ਗੱਲ ਆ, ਫ੍ਰੀ ਹੈ, ਇਹ ਕਹਿਣ ਦੀ ਲੋੜ ਨਹੀਂ, ਰਾਈਟ। ਸੋ ਕਲਾਸਿਸ ਦੇ ਵਿੱਚ ਜੋ ਟੌਪ 'ਤੇ ਚੱਲ ਰਹੀ ਸੀ GK ਐਡਿਕਸ਼ਨ ਸੀਰੀਜ਼, ਜਿਹਦੇ ਵਿੱਚ ਆਪਾਂ 247 ਕੁਐਸਚਨ ਕਰ ਚੁੱਕੇ ਹਾਂ, ਯਾਨੀ ਇਹ ਲਾਸਟ ਆਪਣਾ ਸ਼ਾਇਦ 8ਵਾਂ ਸੈਸ਼ਨ ਸੀਗਾ, ਯਾਨੀ ਜਿਹੜਾ ਕੱਲ੍ਹ ਹੀ ਲੱਗਿਆ ਹੈਗਾ, ਰਾਈਟ ਆ, ਜਾਂ ਪਰਸੋਂ ਲੱਗਿਆ ਹੋਊਗਾ। ਸਵੇਰੇ 7 ਵਜੇ ਇਹ ਕਲਾਸ ਅਪਡੇਟ ਹੋ ਜਾਂਦੀ ਹੈ, ਇਸ ਤੋਂ ਪਹਿਲਾਂ ਹੀ ਹੋ ਜਾਂਦੀ ਹੈ, ਐਂਡ ਓਬਵੀਅਸ ਗੱਲ ਹੈ ਇਹਦੇ ਵਿੱਚ ਬਹੁਤ ਵਧੀਆ ਵਧੀਆ ਕੁਐਸਚਨ ਹੁੰਦੇ ਆ, ਰਾਈਟ ਆ। ਕੁਛ ਕਰੰਟ ਅਫੇਅਰ ਹੁੰਦੇ ਆ, ਕੁਛ ਸਟੈਟਿਕ ਪੋਰਸ਼ਨ ਹੁੰਦਾ, ਕੁਛ ਵਧੀਆ ਤਰੀਕੇ ਦੇ ਹੋਰ ਕੁਐਸਚਨ, ਪੋਲੀਟੀ ਬੇਸਡ, ਹਿਸਟਰੀ ਬੇਸਡ, ਯਾਨੀ ਜਿਵੇਂ ਐਕਚੁਅਲ ਪੇਪਰ ਆਉਂਦਾ ਗਾ। ਯਾਨੀ ਇਹ ਬਣਦੀ ਹੈ ਜਿਹੜੀ GK ਐਡਿਕਸ਼ਨ ਸੀਰੀਜ਼, ਇਹ ਇੱਕ ਐਡਿਕਸ਼ਨ ਪੈਦਾ ਕਰਦੀ ਆ ਕਿ ਹਾਂ, ਆਪਾਂ ਨੂੰ ਇਸ ਅਪਰੋਚ ਦੇ ਨਾਲ ਪੜ੍ਹਨਾ ਚਾਹੀਦਾ, ਐਵੇਂ ਐਵੇਂ ਕੁਐਸਚਨ ਪੇਪਰ ਦੇ ਵਿੱਚ ਆ ਸਕਦੇ ਆ, ਯਾਨੀ ਐਕਸਪੈਰੀਮੈਂਟ ਹੁੰਦਾ ਗਾ ਵੀ ਪੇਪਰ ਐਵੇਂ ਵੀ ਬਣ ਸਕਦਾ, ਪੇਪਰ ਐਵੇਂ ਵੀ ਬਣ ਸਕਦਾ। ਜਿਵੇਂ ਐਕਚੁਅਲ ਦੇ ਵਿੱਚ 30 ਕੁਐਸਚਨ ਪੇਪਰ ਦੇ ਵਿੱਚ ਆਉਂਦੇ ਆ, ਉਵੇਂ ਹੀ ਆਪਾਂ ਇਹਦੇ ਵਿੱਚ ਅਪਡੇਟ ਕਰ ਰਹੇ ਹਾਂ। ਦੂਸਰੀ ਗੱਲ, GK ਐਡਿਕਸ਼ਨ ਸੀਰੀਜ਼ ਹੋਗੀ, ਜਿਹੜਾ ਦੂਸਰਾ ਗਾ ਉਹ ਮੈਥ ਪ੍ਰੈਕਟਿਸ ਆ, ਜਿਹਦੇ ਵਿੱਚ ਆਪਣੇ 140 ਕੁਐਸਚਨ ਹੋ ਗਏ। ਇਹ ਵੀ ਆਪਣੇ 8 ਸੈਸ਼ਨ ਲੱਗ ਚੁੱਕੇ ਆ, ਅਤੇ ਇਹਦੇ ਵੀ 140 ਕੁਐਸਚਨ। ਇਹ ਲਾਈਵ ਕਲਾਸ ਲੱਗਦੀ ਹੈ ਰਾਤ ਨੂੰ 9 ਵਜੇ, ਪਰ ਹੁਣ ਇਹਦਾ ਵੀ ਆਪਾਂ ਸ਼ਡਿਊਲ ਇਸੇ ਤਰੀਕੇ ਨਾਲ ਹੀ ਫਿੱਟ ਕਰਾਂਗੇ, ਜਿਵੇਂ ਆ 7 ਵਜੇ ਉਵੇਂ ਮੈਂ ਮੈਥ ਦਾ ਵੀ ਨੈਕਸਟ ਟਾਈਮ, ਯਾਨੀ ਇੱਕ ਟਾਈਮ ਫਿਕਸ ਕਰਕੇ ਤੁਹਾਨੂੰ ਕਲਾਸ ਮਿਲ ਜਾਇਆ ਕਰੂ, ਚਾਹੇ ਉਹ ਲਾਈਵ ਹੋਇਆ ਕਰੇ ਚਾਹੇ ਰਿਕਾਰਡਡ। ਤੁਹਾਡਾ ਬਸ ਕੰਮ ਇੰਨਾ ਕਿ ਕੰਟੀਨਿਊਟੀ ਦੇ ਨਾਲ ਇਹਨਾਂ ਦੋਨਾਂ ਚੀਜ਼ਾਂ ਨੂੰ ਦੇਖਣਾ ਗਾ। ਬਾਕੀ ਹੋਰ ਚੀਜ਼ਾਂ ਵੀ ਚੱਲ ਰਹੀਆਂ ਸੀ, ਇਹ ਤਾਂ ਡੇਲੀ ਹੈ, ਇਹ ਤਾਂ ਡੇਲੀ ਦੇ ਬੇਸਿਸ 'ਤੇ, ਯਾਨੀ ਆ ਡੇਲੀ 7 ਵਜੇ ਅਤੇ ਆਹ ਡੇਲੀ ਰਾਤ ਨੂੰ, ਚਾਹੇ 7 ਜਾਂ 9 ਟਾਈਮ ਆਪਾਂ ਫਿਕਸ ਦੁਬਾਰਾ ਕਰ ਲਾਂਗੇ, ਉਹ ਮੈਂ ਅਨਾਊਂਸ ਕਰ ਦੂੰਗਾ ਜੇ ਤੁਹਾਨੂੰ ਪਤਾ ਲੱਗ ਹੀ ਜਾਣਾ। ਤੀਸਰਾ ਅਤੇ ਚੌਥਾ ਜਿਹੜਾ ਹੈਗਾ ਇਹ, ਆਪਾਂ ਮੈਗਾ ਸੈਸ਼ਨ ਤਾਂ ਚਲੋ ਉਦੋਂ ਮੈਂ ਸਟਾਰਟ ਕੀਤੇ ਆ ਜਦੋਂ ਪੇਪਰ ਆਪਣਾ ਨੇੜੇ ਆ ਗਿਆ, ਕਿਉਂਕਿ ਮੈਗਾ ਸੈਸ਼ਨ ਜੇਕਰ ਤੁਸੀਂ ਹਜੇ ਤੱਕ ਨਹੀਂ ਦੇਖਿਆ ਤਾਂ ਦੇਖ ਲਓ। ਇੱਕ ਮੈਂ 600 ਕੁਐਸਚਨਾਂ ਦਾ GK ਦਾ ਮੈਗਾ ਸੈਸ਼ਨ ਲਗਾਇਆ ਸੀ, ਐਂਡ ਕੋਸ਼ਿਸ਼ ਕੀਤੀ ਸੀ ਕਿ ਬਹੁਤ ਯੂਨੀਕ ਅਤੇ ਬਹੁਤ ਵਧੀਆ ਕੁਐਸਚਨ ਉਹਦੇ ਵਿੱਚ ਲੈ ਕੇ ਆਵਾਂ। ਉਹੀ ਵਾਰ ਵਾਰ ਜਿਹੜੇ ਘਿਸੇ ਪਿੱਠੇ ਕੁਐਸਚਨ ਆ ਜਿਹੜੇ ਆਸੇ ਪਾਸੇ ਤੁਹਾਨੂੰ ਮਿਲਦੇ ਆ, ਉਹ ਕਰਵਾਉਣ ਦਾ ਮੇਰਾ ਕੋਈ ਮੋਟਿਵ ਨਹੀਂ ਸੀਗਾ। ਮੈਨੂੰ ਇਹ ਸੀਗਾ ਵੀ ਉਹ ਕੁਐਸਚਨ ਕਰੀਏ ਜਿਨ੍ਹਾਂ ਦੇ ਨਾਲ ਸਿਲੈਕਸ਼ਨ ਆਪਣੀ ਰੁਕ ਜਾਂਦੀ ਹੈ, ਰਾਈਟ। ਜਿਨ੍ਹਾਂ ਦੇ ਨਾਲ ਸਿਲੈਕਸ਼ਨ ਹੁੰਦੀ ਆ ਉਹ ਸਾਰੇ ਹੀ ਕਰ ਲੈਂਦੇ, ਤੁਸੀਂ ਵੀ ਕਰ ਲੈਂਦੇ ਹੋ। ਸੋ ਕਹਿਣ ਦਾ ਮਤਲਬ, ਮੈਗਾ ਸੈਸ਼ਨ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਮੈਂ ਸੈਸ਼ਨ ਉਹ ਬਣਾਇਆ ਸੀਗਾ, ਜੇਕਰ ਨਹੀਂ ਦੇਖਿਆ ਤਾਂ ਦੇਖ ਲਓ। ਯਾਨੀ ਇਸ ਨੂੰ ਵੀ ਆਪਾਂ ਕੰਟੀਨਿਊ ਕਰਾਂਗੇ। ਸਾਰੀ ਚੀਜ਼ ਮੈਂ ਤੁਹਾਨੂੰ ਇੱਥੇ ਸਮਝਾਉਣਾ ਆ
ਜਿਵੇਂ ਮੰਨ ਲਓ ਇੱਕ ਹਫ਼ਤੇ ਦੇ ਕਰੰਟ ਅਫੇਅਰ ਹੈ ਜਾਂ ਕਹਿ ਲਓ ਵੀ ਪਿਛਲੇ ਮੰਥ ਦੇ ਕਰੰਟ ਅਫੇਅਰ ਹੈ, ਉਹਨੂੰ ਆਪਾਂ ਇੱਕ ਤਰਤੀਬ ਦੇ ਵਿੱਚ ਕਰ ਰਹੇ ਹਾਂ, ਰਾਈਟ ਹੈ। ਸੋ ਇਹਦੇ ਬਾਰੇ ਵੀ ਤੁਹਾਨੂੰ ਹੌਲੀ ਹੌਲੀ ਹੁਣ ਪੂਰੀ ਪੂਰੀ ਜਾਣਕਾਰੀ ਮਿਲਣ ਲੱਗ ਜੂ, ਪਰ ਪਤਾ ਉਸ ਨੂੰ ਲੱਗੂ ਜਿਹੜਾ ਇਹਨਾਂ ਚਾਰੇ ਕਲਾਸਾਂ ਨੂੰ ਕੰਟੀਨਿਊਟੀ ਦੇ ਵਿੱਚ ਦੇਖਦਾ ਰਹੂਗਾ। ਆਹ ਆਪਣਾ ਵੀਕਲੀ ਹੈ, ਰਾਈਟ ਹੈ। ਮੈਗਾ ਸੈਸ਼ਨ ਤਾਂ ਮੈਨੂੰ ਲੱਗਦਾ 15 ਦਿਨਾਂ ਦੇ ਵਿੱਚ ਇੱਕ ਬਣ ਜੇ ਬਹੁਤ ਵੱਡੀ ਗੱਲ ਹੈ, ਮਹੀਨੇ ਦੇ ਵਿੱਚ 2 ਮੈਗਾ ਸੈਸ਼ਨ, ਇੱਕ ਕਰੰਟ ਅਫੇਅਰ ਦਾ ਮੈਗਾ ਸੈਸ਼ਨ ਮੈਂ ਪੱਕਾ ਸੋਚ ਰੱਖਿਆ, ਉਹੀ ਚੀਜ਼ਾਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਣ ਲੱਗਿਆ ਮੈਂ ਇੱਥੇ। ਕਰੰਟ ਅਫੇਅਰ ਦਾ ਮੈਗਾ ਸੈਸ਼ਨ ਹੈ, ਇੱਕ ਸੈਸ਼ਨ ਹੋ ਸਕਦਾ ਮਿਕਸਡ ਜੀਕੇ ਦਾ ਜਿਹੜਾ ਮੈਂ ਆਲਰੇਡੀ ਪਹਿਲਾਂ 600 ਕੁਐਸਚਨ ਕਰਾਏ ਆ, ਰਾਈਟ ਹੈ। ਯਾਨੀ ਕਹਿਣ ਦਾ ਮਤਲਬ ਕੀ ਆ ਕਿ ਜਦੋਂ ਇਹਨਾਂ ਦਾ ਕੰਬੀਨੇਸ਼ਨ ਰਹੂਗਾ, ਜਿਹੜਾ ਮੇਨ ਫੋਕਸ ਆਪਣਾ ਜੀਕੇ ਅਤੇ ਮੈਥ ਹੈ, ਉਹ ਆਪਣਾ ਪੂਰਾ ਹੋ ਜਾਊਗਾ, ਯਾਨੀ ਪੇਪਰ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲੂਗੀ, ਰਾਈਟ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਆਪਾਂ ਕੰਟੀਨਿਊ ਕਰਨਾ। ਹੁਣ ਮੈਂ ਅੱਗੇ ਤੁਹਾਨੂੰ ਇਹਦੇ ਬਾਰੇ ਦੱਸਦਾ ਥੋੜ੍ਹਾ ਥੋੜ੍ਹਾ ਬਸ, ਜਿਵੇਂ ਤੁਹਾਨੂੰ ਜੀਕੇ ਐਡਿਕਸ਼ਨ ਬਾਰੇ ਤਾਂ ਪਤਾ ਹੀ ਹੋਊਗਾ ਕਿ ਜੀਕੇ ਐਡਿਕਸ਼ਨ ਦੇ ਵਿੱਚ ਜਿਵੇਂ ਪੇਪਰ ਦੇ ਵਿੱਚ ਐਕਚੁਅਲ ਯਾਨੀ ਆਉਂਦੀ ਹੈ ਐਕਸਪੈਰੀਮੈਂਟ ਕਰਕੇ ਮਿਕਸ ਕੁਐਸਚਨ, ਇਹਦੇ ਵਿੱਚ ਉਹ ਮਿਕਸ ਕੁਐਸਚਨ ਹੋਣਗੇ, ਯਾਨੀ ਕਰੰਟ ਅਫੇਅਰ ਵੀ ਹੋਊਗਾ, ਹਿਸਟਰੀ ਪੋਲੀਟੀ ਸਬਜੈਕਟ ਵਾਈਜ਼ ਰਾਈਟ ਸਾਰਾ ਕੁਝ ਹੋਊਗਾ, ਰਾਈਟ। ਮੈਥ ਦੇ ਵਿੱਚ ਵੀ ਉਵੇਂ ਪ੍ਰੈਕਟਿਸ ਜਿਵੇਂ ਐਕਚੁਅਲ ਪੇਪਰ ਦੇ ਵਿੱਚ ਆਉਂਦੇ ਆ 15 ਕੁਐਸਚਨ, ਇਹਦੇ ਵਿੱਚ ਆਪਾਂ ਚਲੋ ਕੁਐਸਚਨ ਜ਼ਿਆਦਾ ਕਰ ਲੈਂਦੇ ਹਾਂ, ਪਰ ਇੱਕ ਤਰੀਕੇ ਦਾ ਉਵੇਂ ਹੀ, ਰਾਈਟ। ਪ੍ਰੋਪਰ ਤਰੀਕੇ ਦਾ ਇਹ ਸੈਸ਼ਨ, ਇਹਦੇ ਵਿੱਚ ਕੀ ਹੋਊਗਾ, ਜਾਂ ਤਾਂ ਵੀਕਲੀ ਹੋਊਗਾ, ਰਾਈਟ, ਅਤੇ ਜਾਂ ਫਿਰ 15 ਜਾਂ 10 ਦਿਨਾਂ ਬਾਅਦ, ਯਾਨੀ ਜੋ ਵੀ ਆਇਆ ਕਰੂਗਾ ਸਿਰਫ ਕਰੰਟ ਅਫੇਅਰ, ਐਂਡ ਉਹਨਾਂ ਕਰੰਟ ਅਫੇਅਰ ਦੇ ਬੇਸਿਸ 'ਤੇ ਹੀ ਸਟ੍ਰੈਟਜੀ ਕੇ, ਰਾਈਟ ਹੈ। ਇਹਦੇ ਵਿੱਚ ਪੰਜਾਬ ਦੇ ਕਰੰਟ ਅਫੇਅਰ ਵੀ ਹੋਣਗੇ, ਆਪਣੇ ਵੈਸੇ ਕਰੰਟ ਅਫੇਅਰ ਵੀ ਜਿਹੜੇ ਬਣਦੇ ਆ, ਨੈਸ਼ਨਲ ਇੰਟਰਨੈਸ਼ਨਲ ਜੋ ਵੀ ਇੰਪੋਰਟੈਂਟਸ ਹੈ, ਸਾਰੇ ਕਰੰਟ ਅਫੇਅਰ ਦੇ ਕੁਐਸਚਨ ਵਾਈਜ਼ ਇੱਥੇ ਕਰਾਏ ਜਾਣਗੇ। ਫਿਰ ਮੈਗਾ ਸੈਸ਼ਨ ਜਿਹੜਾ ਹੋਊਗਾ ਇਹ 15 ਦਿਨਾਂ ਬਾਅਦ, ਇੱਕ ਮੈਗਾ ਸੈਸ਼ਨ ਆਪਾਂ ਜ਼ਰੂਰ ਲਿਆ ਕਰਾਂਗੇ। ਇੱਕ ਤਾਂ ਤੁਹਾਡਾ ਜੀਕੇ, ਯਾਨੀ ਜਿਹੜਾ ਪ੍ਰੋਪਰ ਜਿਵੇਂ 600 ਕੁਐਸਚਨ ਜਿਹੜੇ ਮੈਂ ਕਰਾਏ ਹੋਏ, ਤੁਹਾਨੂੰ ਪਤਾ ਪ੍ਰੋਪਰ ਯੂਨੀਕ ਕੁਐਸਚਨ ਜਿਹੜੇ ਬਹੁਤ ਵਧੀਆ ਸਾਇੰਸ ਬੇਸਡ ਕੁਐਸਚਨ ਹੋ ਗਏ, ਸਾਇੰਸ ਐਂਡ ਟੈਕ ਦੇ ਨਾਲ ਹੋ ਗਏ ਜੋ ਵੀ ਹੈ, ਅਤੇ ਇੱਕ ਉਦੋਂ ਬਾਅਦ 15 ਦਿਨਾਂ ਬਾਅਦ, ਯਾਨੀ ਪੂਰੇ ਮੰਥ ਦਾ ਕਰੰਟ ਅਫੇਅਰ। ਇਹ ਮੈਂ ਨਵੀਂ ਚੀਜ਼ ਐਡ ਕਰ ਰਿਹਾ ਕਿ ਪੂਰੇ ਮੰਥ ਦੇ ਕਰੰਟ ਅਫੇਅਰ ਤੁਹਾਨੂੰ ਮੈਂ ਕਰਾਇਆ ਕਰਾਂ, ਰਾਈਟ, ਕਿਉਂਕਿ ਸਾਰਾ ਕੁਛ ਕੰਟੈਂਟ ਆ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਬਣਦਾ, ਪਰ ਉਹਨੂੰ ਡਿਲੀਵਰ ਜੇਕਰ ਵਧੀਆ ਤਰੀਕੇ ਦੇ ਨਾਲ ਹੋਰ ਆਪਾਂ ਕਰ ਦਈਏ, ਹੋਰ ਇੰਪਰੂਵਮੈਂਟ ਲੈ ਕੇ ਆਈਏ, ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਹੋਰ ਕਿਤੋਂ ਕਰੰਟ ਅਫੇਅਰ ਕਰਨ ਦੀ ਲੋੜ ਨਹੀਂ ਪੈਣੀ। ਕਰੰਟ ਅਫੇਅਰ ਦਾ ਮੈਗਾ ਸੈਸ਼ਨ ਹੁਣ ਹਰ ਮਹੀਨੇ ਦੇ ਐਂਡ 'ਚ ਆ ਜਾ ਕਰਨਾ, ਯਾਨੀ ਜਿਵੇਂ ਫੋਰ ਐਗਜ਼ਾਮਪਲ ਆਹ ਮਹੀਨੇ ਦਾ ਹੁਣ ਐਂਡ ਹੋ ਚੁੱਕਿਆ, ਜਿਵੇਂ ਆਪਣਾ ਆਹ ਨਵੰਬਰ ਮਹੀਨਾ, ਤਾਂ ਹੁਣ ਤੁਸੀਂ ਐਂ ਕਹਿ ਲਓ ਵੀ 1 ਜਾਂ 2 ਦਿਨਾਂ ਬਾਅਦ ਤੁਹਾਨੂੰ ਇਸ ਨਵੰਬਰ ਮਹੀਨੇ ਦਾ ਪੂਰਾ ਕਰੰਟ ਅਫੇਅਰ ਮਿਲ ਜਾਵੇਗਾ, ਜਾਂ ਜਿਹੜੇ ਵੀ ਮੰਥ ਦਾ ਕਰੰਟ ਅਫੇਅਰ ਹੋਊਗਾ ਉਹ ਮੈਂਸ਼ਨ ਕਰ ਦਾਂਗੇ ਵੀ ਕੰਪਲੀਟ ਅਕਤੂਬਰ ਕਰੰਟ ਅਫੇਅਰ, ਕੰਪਲੀਟ ਨਵੰਬਰ ਕਰੰਟ ਅਫੇਅਰ, ਕੰਪਲੀਟ ਫਲਾਨਾ, ਤਾਂ ਯਾਨੀ ਇੱਕ ਤਰੀਕੇ ਦਾ ਤੁਹਾਨੂੰ ਪੂਰਾ ਉਹ ਮਿਲ ਗਿਆ ਕਰਨਾ, ਰਾਈਟ ਹੈ। ਸੋ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਚੱਲਣਗੀਆਂ, ਪਰ ਹੁਣ ਉਹੀ ਗੱਲ ਆ ਵੀ ਇਹਨਾਂ ਨੂੰ ਤੁਸੀਂ ਦੇਖਣਾ ਕਿਵੇਂ ਆ, ਆਹ ਤਾਂ ਤੁਹਾਡਾ ਡੇਲੀ ਬੇਸਿਸ 'ਤੇ, ਆਹ ਤੁਹਾਡਾ ਵੀਕਲੀ ਬੇਸਿਸ 'ਤੇ ਆ, ਜਦੋਂ ਵੀ ਆਉਣਗੇ ਬਸ ਉਸੇ ਦਿਨ ਨੂੰ ਖਤਮ ਕਰ ਲੈਣਾ, ਯਾਨੀ ਪੋਸਟਪੋਨ ਨਹੀਂ ਕਰਨਾ, ਜਿਵੇਂ ਸਰਕਾਰ ਆਪਣੇ ਪੇਪਰ ਪੋਸਟਪੋਨ ਕਰ ਰਹੀ ਆ, ਇਸ ਤਰੀਕੇ ਦੇ ਨਾਲ ਪੋਸਟਪੋਨ ਨਹੀਂ ਕਰਨਾ, ਕਿਉਂਕਿ ਪੋਸਟਪੋਨ ਕਰੋਗੇ ਉਹਦੇ ਨਾਲ ਤੁਹਾਡੀ ਕੰਸਿਸਟੈਂਟੀ ਟੁੱਟੂਗੀ, ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਵਾਕ ਰੈਗੂਲਰ ਪੜ੍ਹ ਰਿਹਾ ਜਾਂ ਨਹੀਂ, ਬਹੁਤ ਸਿੰਪਲ ਜੀ ਗੱਲ ਆ। ਨੌਕਰੀ ਤੁਸੀਂ ਲੈਣੀ ਹੈ ਤਾਂ ਕੰਸਿਸਟੈਂਸੀ ਵੀ ਤੁਸੀਂ ਹੀ ਬਣਾ ਕੇ ਰੱਖਣੀ ਹੈ। ਹੁਣ ਤੱਕ ਇਹ ਸਾਰਾ ਕੁਝ ਕੰਟੀਨਿਊਟੀ ਦੇ ਵਿੱਚ ਚੱਲ ਰਿਹਾ ਸੀਗਾ, ਮੈਗਾ ਸੈਸ਼ਨ ਕਰਕੇ ਜਿਵੇਂ ਆਹ ਜੀ ਕੇ ਐਡਿਕਸ਼ਨ ਥੋੜ੍ਹੀ ਜਿਹੀ ਪੋਸਟਪੋਨ ਹੋਈ ਸੀ, ਹੁਣ ਮੈਗਾ ਸੈਸ਼ਨ ਜਿਹੜਾ ਮੈਥ ਦਾ ਆਉਣਾ ਸੀਗਾ ਉਹਨੂੰ ਵੀ ਆਪਾਂ ਡਿਲੇ ਕਰਦੇ ਹਾਂ, ਕਿਉਂਕਿ ਮੈਥ ਦਾ ਮੈਗਾ ਸੈਸ਼ਨ ਦਾ ਹੁਣ ਕੋਈ ਤੁੱਕ ਨਹੀਂ ਬਣਦਾ, ਇਹ ਉਦੋਂ ਬਣਦਾ ਹੁੰਦਾ ਜਦੋਂ ਪੇਪਰ ਹੋਵੇ ਅਤੇ ਨਾਲ ਦੀ ਨਾਲ ਆਪਾਂ ਰਿਵੀਜ਼ਨ ਕਰ ਲਈਏ ਇੱਕੋ ਦਮ, ਹੈ ਨਾ। ਸੋ ਹੁਣ ਆਪਾਂ ਡੇਲੀ ਜੋ ਮੈਥ ਦੀ ਕਲਾਸ ਲੱਗਦੀ ਸੀ, ਯਾਨੀ ਜਿਹੜੇ 140 ਕੁਐਸਚਨ ਆਪਣੇ ਹੋ ਗਏ, ਇਸ ਤੋਂ ਬਾਅਦ ਆਪਾਂ ਕੰਟੀਨਿਊ ਕਰਾਂਗੇ। ਨੈਕਸਟ ਗੱਲ, ਜੇਕਰ ਤੁਹਾਨੂੰ ਇਹਨਾਂ ਸਾਰੀਆਂ ਕਲਾਸਿਸ ਦੀ PDF ਚਾਹੀਦੀ ਹੈ, ਮੰਨ ਲਓ ਤੁਹਾਨੂੰ ਇਹਦੀ PDF ਚਾਹੀਦੀ ਹੈ, ਇਹਦੀ PDF ਚਾਹੀਦੀ, ਖਾਸ ਕਰਕੇ ਡੇਲੀ ਵਾਲਿਆਂ ਦੀ, ਇਹ ਤਾਂ ਚਲੋ ਅਲੱਗ ਤੋਂ ਮੈਂ ਦੱਸੂਗਾ ਵੀ ਕਰੰਟ ਅਫੇਅਰ ਦਾ ਤੁਸੀਂ ਕੀ ਕਰ ਸਕਦੇ ਹੋ, ਕਿਉਂਕਿ ਆਪਣੇ ਕੋਲ ਮੈਗਜ਼ੀਨ ਵੀ ਆ, ਮੈਗਜ਼ੀਨ ਮੈਂ ਦੱਸੂਗਾ ਉਹ ਪ੍ਰੋਪਰ ਸਟਰਕਚਰ ਲੈ ਕੇ ਆਊਂਗਾ, ਜੇਕਰ ਤੁਸੀਂ ਬੁੱਕਸ ਵਗੈਰਾ ਲੈਣਾ ਚਾਹੁੰਦੇ ਹੋ ਜਾਂ ਪ੍ਰੋਪਰ ਤਰੀਕੇ ਦੇ ਨਾਲ ਸਟੱਡੀ ਮਟੀਰੀਅਲ ਲੈਣਾ ਚਾਹੁੰਦੇ ਹੋ, ਉਹ ਮੈਂ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਸਮਝਾ ਦੂੰਗਾ ਵੀ ਸਟੱਡੀ ਮਟੀਰੀਅਲ ਵੀ ਹੁਣ ਤਿਆਰ ਹੋ ਰਿਹਾ। ਜੇਕਰ ਕਿਸੇ ਸਟੂਡੈਂਟ ਨੂੰ ਟੈਸਟ ਸੀਰੀਜ਼ ਦੇ ਨਾਲ ਪ੍ਰੋਪਰ ਸਟੱਡੀ ਮਟੀਰੀਅਲ ਚਾਹੀਦਾ, ਮੈਥ ਦੇ ਵੀ ਨੋਟਸ ਚਾਹੀਦੇ ਆ ਪ੍ਰੋਪਰ ਤਰੀਕੇ ਦੇ ਨਾਲ, ਯਾਨੀ ਜਿਵੇਂ ਕੰਪਲੀਟ ਸਟੱਡੀ ਨੋਟਸ ਹੁੰਦੇ ਆ ਤੁਹਾਡੇ ਕੋਲ, ਉਸ ਪੂਰਾ ਨੋਟਸ ਯਾਨੀ ਤੁਹਾਡੇ ਘਰ ਤੱਕ ਪਹੁੰਚ ਜਾਣਗੇ, ਪਰ ਉਹਦਾ ਹਜੇ ਪਲਾਨ ਚੱਲ ਰਿਹਾ ਵੀ ਕਿਸ ਤਰੀਕੇ ਦੇ ਨਾਲ ਉਹਨੂੰ ਮੈਂ ਲੈ ਕੇ ਆਉਣਾ ਤੁਹਾਡੇ ਸਾਹਮਣੇ, ਉਹ ਜਲਦੀ ਹੀ ਆਜੂਗਾ। ਬਣਿਆ ਸਾਰਾ ਕੁਝ ਪਿਆ ਪਰ ਉਹਨੂੰ ਦੇਣਾ ਕਿਵੇਂ ਆ ਜਾਂ ਕੀ ਉਹਦਾ ਰੱਖਣਾ ਗਾ ਸਿਸਟਮ ਸਾਰਾ, ਉਹ ਤੁਹਾਨੂੰ ਮੈਂ ਕਿਤੇ ਨਾ ਕਿਤੇ ਹੋਰ ਵੀਡੀਓ ਦੇ ਵਿੱਚ ਦੱਸ ਦੂੰਗਾ ਜਦੋਂ ਪ੍ਰੋਪਰ ਪਲਾਨ ਬਣ ਗਿਆ। ਪਰ ਜੇਕਰ ਡੇਲੀ PDF ਚਾਹੀਦੀਆਂ ਜਿਹੜੀਆਂ ਡੇਲੀ ਕਲਾਸਿਸ ਲੱਗਦੀਆਂ, ਰਾਈਟ ਹੈ, ਉਹ ਤੁਹਾਨੂੰ ਡੇਲੀ ਸਾਰਾ ਕੁਝ ਮਿਲਦਾ ਰਹੂਗਾ, ਰਾਈਟ ਹੈ, ਚਾਹੇ ਉਹ ਜੀਕੇ ਦਾ ਚਾਹੇ ਫਿਰ ਮੈਥ ਦਾ। ਈਵਨ ਕਿ ਇਹਦੇ ਵਿੱਚ ਪੰਜਾਬੀ ਵਗੈਰਾ ਦੇ ਵੀ ਸੈਸ਼ਨ ਆਉਂਦੇ ਰਹਿਣਗੇ, ਜਿਵੇਂ ਮੈਡਮ ਕਿਰਨ ਮੈਡਮ ਆਪਣੇ ਪੰਜਾਬੀ ਦੇ ਹੋ ਗਏ, ਪ੍ਰਸ਼ੋਤਮ ਰੀਜਨਿੰਗ ਦੇ ਹੋ ਗਏ, ਇੰਗਲਿਸ਼ ਦੇ ਵੀ ਆਉਣਗੇ, ਯਾਨੀ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਹਰ ਸਬਜੈਕਟ ਦੀ ਹੀ ਕਲਾਸਿਸ ਮਿਲਣਗੀਆਂ। ਪਰ ਜਿਹੜੀਆਂ ਮੇਰੇ ਬੇਸਿਸ 'ਤੇ ਜਿਹਦੀਆਂ ਮੈਂ ਗਰੰਟੀ ਲੈ ਰਿਹਾ ਕਿ ਡੇਲੀ ਬੇਸਿਸ 'ਤੇ ਇਹ ਤਾਂ ਚੱਲਦਾ ਹੀ ਰਹੂਗਾ। ਹੁਣ PDF ਜੇਕਰ ਲੈਣੀ ਹੈ ਤਾਂ ਐਪਲੀਕੇਸ਼ਨ
ਇਹਨਾਂ ਕਲਾਸਾਂ 'ਚ ਆਪ ਵੀ ਰਿਵੀਜ਼ਨ ਕਰ ਸਕਦੇ ਹੋ, PDF ਡਾਊਨਲੋਡ, ਪ੍ਰਿੰਟ ਆਊਟ ਵਗੈਰਾ ਕਢਾ ਕੇ, ਰਾਈਟ ਆ। ਅਤੇ ਬਾਕੀ ਆਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਮੈਗਾ ਸੈਸ਼ਨ ਜਦੋਂ ਆਉਣਗੇ ਉਹ ਐਡੇ ਵਧੀਆ ਹੋਣਗੇ, ਇੰਨੇ ਵਧੀਆ ਹੋਣਗੇ, ਇੰਨੇ ਵਧੀਆ ਹੋਣਗੇ ਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਵੀ ਇੱਕ ਸੈਸ਼ਨ ਦੇ ਨਾਲ ਤੁਹਾਨੂੰ ਇੰਨੀ ਵਧੀਆ ਤਿਆਰੀ ਹੋ ਜਾਣੀ। ਪਰ ਮੈਂ ਮੰਨਦਾ ਕਿ ਜਿੰਨਾ ਟਾਈਮ ਤੁਸੀਂ ਇਹ ਦਿਮਾਗ ਦੇ ਵਿੱਚ ਨਹੀਂ ਲੈ ਕੇ ਆਉਂਦੇ ਕਿ ਮੇਰੇ 50 ਕੁਐਸਚਨਾਂ 'ਚੋਂ 45, 42, 43, 50 to 50 ਜੇਕਰ ਈਵਨ ਕਿ ਸੋਚ ਰਹੇ ਹੋ ਤਾਂ ਉਹ ਸਾਰੀਆਂ ਚੀਜ਼ਾਂ ਪੋਸੀਬਲ ਹੈਗੀਆਂ। ਬਸ ਉਹੀ ਗੱਲ ਆ ਵੀ ਇੱਕ ਰਾਈਟ ਸਟਰੈਟਜੀ, ਰਾਈਟ ਤਰੀਕੇ ਦੇ ਨਾਲ ਤਿਆਰੀ ਕਰਨ ਦੀ ਲੋੜ ਹੈ, ਰਾਈਟ ਆ। ਸੋ ਇਹਨਾਂ ਚੀਜ਼ਾਂ ਦੀ PDF ਵੀ ਤੁਹਾਨੂੰ ਮਿਲਦੀ ਰਹੂਗੀ। ਇਸ ਤੋਂ ਬਾਅਦ ਜੇਕਰ ਮੰਨ ਲਓ ਫਿਰ ਵੀ ਤੁਹਾਨੂੰ ਐਂ ਲੱਗਦਾ ਵੀ ਅਸੀਂ ਹਜੇ ਸਿਲੇਬਸ ਹੀ ਕੰਪਲੀਟ ਨਹੀਂ ਕੀਤਾ, ਸਾਨੂੰ ਸਿੱਧਾ MCQ ਕਰਨ ਦਾ ਕੀ ਫਾਇਦਾ, ਇਹ ਮੈਂ ਮੰਨਦਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਇਹ MCQ ਕਰਨ ਦਾ ਉਹਨਾਂ ਨੂੰ ਫਾਇਦਾ ਜਿਨ੍ਹਾਂ ਨੇ ਪਹਿਲਾਂ 60-70% ਆਪਣਾ ਸਿਲੇਬਸ ਖਤਮ ਕਰ ਲਿਆ ਹੈ। ਜੇਕਰ ਉਹਨੂੰ ਸਿਲੇਬਸ ਹੀ ਖਤਮ ਨਹੀਂ ਕੀਤਾ, ਫਿਰ ਤੁਸੀਂ ਭਾਈ ਆਪਣੇ ਆਪ ਇੰਨਾ ਕਿਸੇ ਵੀ ਕੋਰਸ ਦੇ ਵਿੱਚ ਜਾ ਸਕਦੇ ਹੋ, ਜਿਵੇਂ ਆਹ ਆਲ ਸਬਜੈਕਟ ਆ, ਹੁਣ ਪੇਪਰ ਡਿਲੇ ਹੋਇਆ ਤਾਂ ਕਰ ਸਕਦੇ ਹੋ, ਐਕਸਾਈਜ਼ ਆ, ਚਾਹੇ ਕਲਰਕ ਆ, ਚਾਹੇ ਵੀਡੀਓ ਆ, ਜਾਂ ਫਿਰ ਮੈਥ ਇਕੱਲਾ ਕਰਨਾ ਗਾ, ਜਾਂ ਫਿਰ ਇੰਗਲਿਸ਼ ਇਕੱਲੀ ਕਰਨੀ ਆ, ਟੈਸਟ ਸੀਰੀਜ਼ ਜੁਆਇਨ ਕਰਨੀ ਆ, ਰੀਜਨਿੰਗ ਆ, ਤਾਂ ਇਹ ਫਿਰ ਅਲੱਗ ਤੋਂ ਹੈਗਾ। ਇਹਦੇ ਬਾਰੇ ਵੀ ਅਲੱਗ ਤੋਂ ਮੈਂ ਬਹੁਤ ਵਾਰ ਬੋਲਣਾ ਕਿ ਮੈਂ ਜਾਣਕਾਰੀ ਦਊਂਗਾ, ਬਟ ਟਾਈਮ ਹੀ ਨਹੀਂ ਮਿਲਦਾ, ਬਹੁਤ ਕੰਟੈਂਟ ਤਿਆਰ ਹੁੰਦਾ ਰਹਿੰਦਾ ਗਾ, ਇਸ ਕਰਕੇ ਟਾਈਮ ਸਾਰਾ ਨਿਕਲ ਜਾਂਦਾ। ਯਾਨੀ ਕਿ ਤੁਸੀਂ ਇਹ ਐਪਲੀਕੇਸ਼ਨ 'ਤੇ ਜਾ ਕੇ ਸਾਰਾ ਕੁਝ ਦੇਖੋਗੇ, ਤੁਸੀਂ ਸਿਆਣੇ ਹੋ, ਠੀਕ ਹੈ। ਸੋ ਸਾਰਾ ਕੁਝ ਇਹ ਤੁਹਾਨੂੰ ਮੈਂ ਦੱਸਤਾ, ਰਾਈਟ ਆ। ਹੁਣ ਅਗਲੀ ਜਿਹੜੀ ਗੱਲ ਹੈ, ਥੈਂਕਸ ਤਾਂ ਚਲੋ ਠੀਕ ਹੈ, ਥੈਂਕਸ ਨੂੰ ਮੈਂ ਥੋੜ੍ਹਾ ਜਿਹਾ ਪਾਸੇ ਕਰ ਦਿੰਦਾ। ਥੈਂਕਸ ਤੋਂ ਪਹਿਲਾਂ ਤੁਹਾਨੂੰ ਮੈਂ ਦੋ ਹਦਾਇਤਾਂ ਦੇਣੀਆਂ, ਹਾਲਾਂਕਿ ਇਹ ਵੀ ਇੱਕ ਮੈਂ ਚਾਹੁੰਦਾ ਕਿ ਮੈਂ ਅਲੱਗ ਤੋਂ ਵੀਡੀਓ ਬਣਾਵਾਂ, ਇਹ ਵੀ ਮੈਂ ਹਰ ਵਾਰ ਬੋਲ ਦਿੰਦਾ, ਰਾਈਟ ਆ। ਉਹ ਅਲੱਗ ਤੋਂ ਵੀਡੀਓ ਕੀ ਹੈ, ਜਿਵੇਂ ਮੇਰੇ ਤੋਂ ਸਟਰੈਟਜੀ ਪੁੱਛਦੇ ਆ, ਦੇਖੋ ਸਿੱਧੀ ਜੀ ਗੱਲ ਆ ਭਾਈ, ਸਟਰੈਟਜੀ ਦੀ ਮੈਂ ਵੀਡੀਓ ਤਾਂ ਅੱਡ ਬਣਾ ਦੂੰਗਾ, ਥੋੜ੍ਹਾ ਬਹੁਤ ਹੋਰ ਵਧਾ ਚੜ੍ਹਾ ਕੇ ਦੱਸ ਦੂੰਗਾ, ਪਰ ਮੈਂ ਇੱਕੋ ਇੱਕ ਚੀਜ਼ ਕਹੂੰਗਾ ਕਿ ਕੰਸਿਸਟੈਂਸੀ ਬਣਾ ਕੇ ਰੱਖਿਓ, ਯਾਨੀ ਰੈਗੂਲਰ, ਬਸ ਕੰਸਿਸਟੈਂਸੀ, ਕੰਸਿਸਟੈਂਸੀ, ਕੰਸਿਸਟੈਂਸੀ। ਜਿੰਨਾ ਤੁਸੀਂ ਕੰਟੀਨਿਊ ਹੋ ਕੇ ਰੱਖੋਗੇ ਉਨਾ ਹੀ ਜ਼ਿਆਦਾ ਵਧੀਆ ਰਹੂਗਾ। ਕੰਸਿਸਟੈਂਸੀ ਦੇ ਨਾਲ ਨਾਲ ਤੁਸੀਂ ਕਹਿ ਲਓ ਵੀ ਜੇਕਰ ਆਪਦੀ ਜੇਕਰ ਜਿਹੜੀ ਮੋਟੀਵੇਸ਼ਨ ਕਰਨੀ ਹੈ ਉਹ ਸੈਲਫ ਮੋਟੀਵੇਸ਼ਨ ਹੀ ਕੰਮ ਕਰੂਗਾ, ਹੋਰ ਭਾਈ ਤੁਹਾਨੂੰ ਕੋਈ ਸਾਥ ਨਹੀਂ ਤੁਹਾਡਾ ਦੇਣ ਵਾਲਾ, ਹੋਰ ਕੋਈ ਕੁਛ ਨਹੀਂ ਕਰਨ ਵਾਲਾ, ਰਾਈਟ। ਸੈਲਫ ਮੋਟੀਵੇਸ਼ਨ ਕਰੋਗੇ ਆਪਣੇ ਆਪ, ਯਾਨੀ ਆਪਣਾ ਆਪਣੀਆਂ ਗਲਤੀਆਂ, ਆਪਣੀਆਂ ਮਿਸਟੇਕਸ ਜੋ ਤੁਸੀਂ ਕਰ ਰਹੇ ਹੋ। ਤੀਸਰਾ ਸਭ ਤੋਂ ਅਹਿਮ ਕੀ ਹੈ, ਮੌਕ ਟੈਸਟ। ਇਹ ਮੌਕ ਟੈਸਟ ਕਿਹੜੇ ਤੁਸੀਂ ਆਪ ਲਗਾਓ, ਹਾਲਾਂਕਿ ਮੈਂ ਫਿਰ ਦੱਸ ਰਿਹਾ ਕਿ ਮੈਂ ਟੈਸਟ ਸੀਰੀਜ਼ ਵਗੈਰਾ ਪੂਰਾ ਸਟੱਡੀ ਮਟੀਰੀਅਲ ਤੁਹਾਨੂੰ ਮੈਂ ਹੁਣ ਅਨਾਊਂਸ ਕਰੂੰਗਾ ਥੋੜ੍ਹੇ ਦਿਨਾਂ ਬਾਅਦ, ਪ੍ਰੋਪਰ ਦੱਸੂਗਾ ਕਿ ਕਿਵੇਂ ਕਿਵੇਂ ਸਾਰੀਆਂ ਚੀਜ਼ਾਂ ਤੁਸੀਂ ਕਰਨੀਆਂ। ਬਟ ਹਾਂ, ਆਨਲਾਈਨ ਮੌਕ ਟੈਸਟ ਸੀਰੀਜ਼ ਵੀ ਹੈਗੀ ਹੈ, ਤੁਸੀਂ ਉਹ ਵੀ ਕਰ ਸਕਦੇ ਹੋ, ਨਹੀਂ ਤੁਸੀਂ ਆਸੇ ਪਾਸੇ ਕਿਸੇ ਵੀ ਇੰਸਟੀਟਿਊਟ ਤੋਂ ਤਿਆਰੀ ਕਰੋ, ਪਰ ਮੌਕ ਟੈਸਟ ਜ਼ਰੂਰ ਲਗਾਓ। ਇਹ ਮੌਕ ਟੈਸਟ ਹੀ ਹੈ ਜਿਹੜੇ ਕਹਿੰਦੇ ਹੁੰਦੇ ਵੀ ਮੇਰੇ ਜੀ ਨੰਬਰ ਖੜ੍ਹੇ ਆ, ਮੇਰੇ ਇੰਨਾ ਟਾਈਮ ਹੋ ਗਿਆ, ਮੈਨੂੰ ਫਲਾਨਾ ਹੋ ਗਿਆ, ਧਿਉਂਕਾ ਹੋ ਗਿਆ। ਯਾਨੀ ਜੋ ਤੁਹਾਡੀਆਂ ਕਮੀਆਂ ਉਹ ਤੁਹਾਨੂੰ ਮੌਕ ਟੈਸਟ ਖੁਦ ਦੱਸੂਗਾ, ਫਿਰ ਤੁਹਾਨੂੰ ਪਤਾ ਲੱਗੂ ਵੀ ਮੇਰਾ ਆਹ ਜਿਹੜਾ ਏਰੀਆ ਹੈਗਾ ਇਹ ਬੇਸਿਕਲੀ ਵੀਕ ਆ, ਅਤੇ ਇਸ ਨੂੰ ਮੈਂ ਕਿਵੇਂ ਇੰਪਰੂਵ ਕਰਾਂ। ਯਾਨੀ ਮੌਕ ਟੈਸਟ ਲਗਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ, ਰਾਈਟ ਆ। ਬਾਕੀ ਉਹੀ ਗੱਲ ਆ ਵੀ ਸਟਰੈਟਜੀ ਦੀ ਅਲੱਗ ਤੋਂ ਵੀਡੀਓ ਚਾਹੁੰਦੇ ਤਾਂ ਮੈਂ ਅਲੱਗ ਤੋਂ ਹੀ ਪਾ ਦੂੰਗਾ। ਚੌਥੀ ਚੀਜ਼ ਆ ਕਿ ਜਦੋਂ ਵੀ ਤਿਆਰੀ ਕਰਨੀ ਹੈ ਤਾਂ ਥੋੜ੍ਹਾ ਜਿਹਾ ਲੈਵਲ ਅੱਪ ਕਰਕੇ ਤਿਆਰੀ ਕਰਨੀ ਆ। ਇਹ ਦਿਮਾਗ ਦੇ ਵਿੱਚ ਨਹੀਂ ਲੈ ਕੇ ਆਉਣਾ ਕਿ ਮੈਂ ਕਲਰਕ ਦੀ ਤਿਆਰੀ ਕਰਦਾ ਤਾਂ ਮੈਨੂੰ ਇੰਨੇ ਚੈਪਟਰ ਕਰਨੇ ਚਾਹੀਦੇ, ਮੈਂ ਆਹ ਛੱਡ ਜਾਂ। ਕੋਟੇ ਨੂੰ ਆਪਣੇ ਨੂੰ ਪਰਾਂ ਮਾਰੋ, ਕੋਟਾ ਕਾਟਾ ਕੁਛ ਨਹੀਂ ਹੁੰਦਾ ਹੈਗਾ, ਬਹੁਤ ਸਿੰਪਲ ਜੀ ਗੱਲ ਹੈ। ਜੇਕਰ ਜਿੰਨੀ ਤਿਆਰੀ ਮੈਂ ਕਰਵਾਈ ਹੈ ਨਾ, ਉਸ ਤੋਂ ਦੁੱਗਣੀ ਤਿੱਗਣੀ ਤਿਆਰੀ ਤੁਸੀਂ ਆਪ ਕਰਨੀ ਹੈ, ਰਾਈਟ ਹੈ। ਸੋ ਬਾਕੀ ਉਹੀ ਗੱਲਾਂ ਵੀ ਕੰਸਿਸਟੈਂਸੀ, ਕੰਟੀਨਿਊਟੀ, ਸਾਰਾ ਕੁਛ ਬਣਾ ਕੇ ਰੱਖਣਾ। ਜ਼ਿਆਦਾ ਗੱਲਾਂ ਬਾਤਾਂ ਮੇਰੇ ਕੋਲ ਹੁੰਦੀਆਂ ਨਹੀਂ, ਸਿਰਫ ਕੁਆਂਟਿਟੀ, ਕੁਆਂਟਿਟੀ, ਕੁਆਂਟਿਟੀ ਅਤੇ ਨਾਲ ਉਹਦੀ ਕੁਆਲਿਟੀ। ਕੁਆਂਟਿਟੀ ਦਾ ਮਤਲਬ ਕੀ ਹੈ ਕਿ ਇਹ ਨਹੀਂ ਹੈਗਾ ਕਿ ਆਪਾਂ ਅੱਕ ਜਾਈਏ। ਦੇਖੋ ਬਹੁਤ ਸਿੰਪਲ ਜੀ ਗੱਲ ਹੈ, ਕਈ ਕਹਿੰਦੇ ਆ ਵੀ 25 ਕੁਐਸਚਨ ਕਰ ਲਓ ਮੈਥ ਦੇ, ਹੈ ਨਾ, ਮੈਥ ਦੇ ਇੱਕ ਚੈਪਟਰ ਦੇ 25 ਕੁਐਸਚਨ ਕਰ ਲਓ, ਐਂਡ ਚੈਪਟਰ ਕੰਪਲੀਟ। ਮੈਂ ਉਹਦੇ 'ਤੇ ਬਿਲੀਵ ਵੀ ਨਹੀਂ ਰੱਖਦਾ, ਕੁਆਂਟਿਟੀ ਹੋਣੀ ਵੀ ਚਾਹੀਦੀ ਆ, ਪਰ ਉਹ ਕੁਆਂਟਿਟੀ ਦੇ ਨਾਲ ਕੁਆਲਿਟੀ ਹੋਣੀ ਚਾਹੀਦੀ ਆ। ਤੁਹਾਡੀ ਇੰਨੀ ਪ੍ਰੈਕਟਿਸ ਹੋਣੀ ਚਾਹੀਦੀ ਆ, ਇੰਨੀ ਪ੍ਰੈਕਟਿਸ ਹੋਣੀ ਚਾਹੀਦੀ ਆ, ਉਹ ਪ੍ਰੈਕਟਿਸ ਹੋਊ ਕਿਵੇਂ ਜਦੋਂ ਤੁਹਾਡੇ ਕੋਲ ਉਨੀ ਕੁਆਂਟਿਟੀ ਵੀ ਹੋਊਗੀ। ਭਾਵੇਂ ਉਹ ਚੀਜ਼ਾਂ ਵਾਰ ਵਾਰ ਰਿਪੀਟ ਹੋ ਰਹੀਆਂ, ਪਰ ਉਹਨਾਂ ਨੂੰ ਵਾਰ ਵਾਰ ਹੀ ਕਰਨਾ ਗਾ। ਯਾਨੀ ਜੇਕਰ ਇੱਕ ਟਾਈਪ ਤੁਹਾਡੇ ਸਾਹਮਣੇ 10 ਵਾਰੀ ਆ ਗਈ, 10 ਵਾਰੀ ਉਹ ਕੁਐਸਚਨ ਆ ਗਏ, ਤੁਸੀਂ 10 ਦੇ 10 ਵਾਰੀ ਕਰਨੇ ਆ। ਕੁਆਂਟਿਟੀ ਦੇ ਨਾਲ ਕੁਆਲਿਟੀ ਕਰਨੀ ਪੈਣੀ ਆ। ਕੁਆਲਿਟੀ ਤਾਂ ਦੇਖੋ ਹੈ ਹੀ ਹੈ, ਬਟ ਕੁਆਂਟਿਟੀ ਵੀ ਵਧਾਓ, ਯਾਨੀ ਨੰਬਰ ਆਫ ਕੁਐਸਚਨ ਜ਼ਿਆਦਾ ਕਰੋ। ਜਿੰਨੇ ਜ਼ਿਆਦਾ ਨੰਬਰ ਆਫ ਕੁਐਸਚਨ ਕਰੋਗੇ ਉਨਾ ਜ਼ਿਆਦਾ ਦਿਮਾਗ ਚੱਲੂਗਾ, ਉਨਾ ਜ਼ਿਆਦਾ ਵਧੀਆ ਹੋਊਗਾ, ਰਾਈਟ ਆ। ਹਾਲਾਂਕਿ ਕੁਆਂਟਿਟੀ ਵੱਲ ਜਾਣਾ ਵੀ ਨਹੀਂ ਚਾਹੀਦਾ ਇੰਨਾ ਕਿ ਹਾਂ ਵੀ ਕੁਐਸਚਨ ਬਹੁਤ, ਕਿਤਾਬਾਂ ਬਹੁਤ ਇਕੱਠੀਆਂ ਕਰ ਲਈਆਂ, ਰਿਸੋਰਸਿਸ ਲਿਮਿਟਡ ਹੋਣ, ਬਟ ਕੁਐਸਚਨ ਆਪਦੇ ਦਿਮਾਗ ਦੇ ਵਿੱਚ ਇੰਨੇ ਬਣਾ ਲਓ। ਜਿਵੇਂ ਹੁਣ ਮੈਂ ਸੈਸ਼ਨ ਲਗਾਉਣਾਗਾ ਤਾਂ ਮੈਂ ਹਰ ਵਾਰ ਕੁਐਸਚਨ ਬਣਾਉਣਾ, ਹਰ ਵਾਰ ਕੁਐਸਚਨ ਨਵਾਂ ਆ ਜਾਂਦਾ, ਹਰ ਵਾਰ ਕੁਐਸਚਨ ਫੇਰ ਨਵਾਂ ਆ ਜਾਂਦਾ, ਉਹਨੂੰ ਹੋਰ ਤਰੀਕੇ ਨਾਲ ਪੁੱਛ ਲਿਆ, ਉਹਨੂੰ ਹੋਰ ਤਰੀਕੇ ਨਾਲ ਪੁੱਛ ਲਿਆ। ਗੱਲਾਂ ਬਾਤਾਂ ਉਹੀ ਆ, ਬਟ ਕੁਆਲਿਟੀ ਇਸੇ ਤਰੀਕੇ ਦੇ ਨਾਲ ਹੀ ਇੰਪਰੂਵ ਹੁੰਦੀ ਹੈ, ਰਾਈਟ ਆ। ਸੋ ਇਹ ਚੀਜ਼ ਆ ਕਿ GK ਐਡਿਕਸ਼ਨ ਸੀਰੀਜ਼ ਦਾ ਕਦੇ ਵੀ ਖਹਿੜਾ ਨਹੀਂ ਛੱਡਣਾ, ਜਿਹੜੀ ਕਿ ਲਗਾਤਾਰ ਚੱਲ ਰਹੀ ਹੈ, 247 ਕੁਐਸਚਨ। ਜੇਕਰ ਤੁਸੀਂ ਪਹਿਲਾਂ ਵਾਲੇ ਸੈਸ਼ਨ ਨਹੀਂ ਦੇਖੇ ਤਾਂ ਦੇਖ ਲਓ, PDF ਡਾਊਨਲੋਡ ਕਰੋ। ਉਹ PDF ਦੇ ਵਿੱਚ ਆਨਸਰ ਮੈਂ ਜਾਣ ਕੇ ਨਹੀਂ ਲਾਉਂਦਾ, ਤਾਂ ਕਿ ਜਦੋਂ ਤੁਸੀਂ ਪ੍ਰਿੰਟ ਆਊਟ ਕਢਾਓ ਤਾਂ ਆਪ ਆਨਸਰ ਲਾਓ ਜਲਦੀ ਜਲਦੀ ਕਿ ਹਾਂ ਇਹਦਾ ਇਹ ਆਨਸਰ ਆ, ਜਲਦੀ ਜਲਦੀ ਇੰਪਰੂਵਮੈਂਟ
ਜਿਹੜੀ ਹੁਣ ਤੁਹਾਨੂੰ ਮੋਰਨਿੰਗ ਦੇ ਵਿੱਚ ਇਹ ਵੀਡੀਓ ਦਿਖ ਰਹੀ ਹੈ ਤਾਂ ਇਹ ਕੱਲ੍ਹ ਤੋਂ ਸਟਾਰਟ ਹੋਊਗਾ ਸਾਰਾ ਕੁਝ, ਯਾਨੀ ਉਵੇਂ ਹੀ ਕੰਟੀਨਿਊ ਚੱਲੂਗਾ। ਐਂਡ ਮੈਗਾ ਸੈਸ਼ਨ ਕਰੰਟ ਅਫੇਅਰ ਤਾਂ ਜਲਦੀ ਹੀ ਆ ਰਿਹਾ, ਰਾਈਟ ਹੈ, ਜਿਹਦੇ ਵਿੱਚ ਮੰਥਲੀ ਹੋਊਗਾ। ਹੁਣ ਪਹਿਲਾਂ ਮੈਂ ਸੋਚਿਆ ਸੀ ਕਿ ਮੈਂ 5 ਮਹੀਨੇ ਦੇ 6 ਮਹੀਨੇ ਦੇ ਇਕੱਠੇ ਕਰਾ ਦਾਂ, ਹੁਣ ਪੇਪਰ ਡਿਲੇ ਹੋ ਗਿਆ ਤਾਂ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਕਰਨ ਦਾ, ਤਾਂ ਹੁਣ ਮੰਥਲੀ ਚੱਲਣ ਦੇ, ਮੰਥਲੀ ਆਪਾਂ ਕਰਾਂਗੇ। ਮੰਥਲੀ ਮੈਗਾ ਸੈਸ਼ਨ ਤੇ ਜੀਕੇ ਦਾ ਜਿਹੜਾ 600 ਕੁਐਸਚਨ ਦਾ ਆਇਆ ਸੀ ਉਹ ਦੁਬਾਰਾ ਫੇਰ 15 ਦਿਨਾਂ ਬਾਅਦ ਆਊਗਾ। ਯਾਨੀ ਐਂ ਕਹਿ ਲਓ ਕਿ ਤੁਹਾਡੇ ਕੋਲ ਮਟੀਰੀਅਲ ਦੀ ਕਮੀ ਮੈਂ ਨਹੀਂ ਆਉਣ ਦਿੰਦਾ, ਬਸ ਕੰਸਿਸਟੈਂਸੀ ਕੰਟੀਨਿਊਟੀ ਤੇ ਇਹਨਾਂ ਚੀਜ਼ਾਂ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਜਵਾਕ ਮੈਕਸੀਮਮ ਤੋਂ ਮੈਕਸੀਮਮ ਆਉਣ ਅਤੇ ਉਹਨਾਂ ਨੂੰ ਪਤਾ ਲੱਗੇ ਵੀ ਇੰਨਾ ਜੈਨੂਨ ਵੀ ਪੜ੍ਹਿਆ ਜਾ ਸਕਦਾ ਗਾ, ਰਾਈਟ ਆ। ਉਹਨਾਂ ਚੀਜ਼ਾਂ ਦੇ ਵਿੱਚ ਨਾ ਫਸੋ, ਬਹੁਤ ਸਿੰਪਲ ਜੀ ਗੱਲ ਹੈ, ਤੁਹਾਨੂੰ ਪਤਾ ਆਸੇ ਪਾਸੇ ਕਿੰਨਾ ਫਸਾਇਆ ਜਾਂਦਾ ਗਾ, ਹੈ ਨਾ, ਉਹਨਾਂ ਵਾਰ ਵਾਰ ਉਹੀ ਚੀਜ਼ਾਂ ਰਿਪੀਟ ਕਰ ਕਰਕੇ, ਰਾਈਟ, ਸੌਖੀਆਂ ਚੀਜ਼ਾਂ ਦੇ ਵਿੱਚ ਆਪਾਂ ਫਸਦੇ ਜਾਂਦੇ ਹਾਂ। ਉਹ ਚੀਜ਼ਾਂ ਕਰੋ ਜਿਹੜੀਆਂ ਬੜੀਆਂ ਯੂਨੀਕ ਹੈ। ਯਾਨੀ ਮੇਰਾ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਅੱਜ ਮੈਂ ਮੈਥ ਦਾ ਸੈਸ਼ਨ, ਜੀਕੇ ਦਾ ਸੈਸ਼ਨ ਮੈਂ ਹਮੇਸ਼ਾ ਕਹਿੰਦਾ ਕਿ ਦੇਖੋ ਭਾਈ 70-80% ਉਹੀ ਚੀਜ਼ਾਂ ਵਾਰ ਵਾਰ ਰਿਪੀਟ ਹੁੰਦੀਆਂ। ਸਿਲੈਕਸ਼ਨ ਨੂੰ 70-80% ਤਾਂ ਦਿੰਦਾ, ਨੋ ਡਾਊਟ, ਪਰ ਜਿਹੜਾ ਯੂਨੀਕ ਆਉਂਦਾ, ਯੂਨੀਕ ਕੁਐਸਚਨ ਆਉਂਦੇ ਆ ਜਿਹੜੇ ਆਪਾਂ ਕਹਿੰਦੇ ਨੇ ਵੀ ਹਾਂਜੀ ਸਾਡੇ ਇੰਸਟੀਟਿਊਟ 'ਚੋਂ ਪੜ੍ਹਾਏ, 30 'ਚੋਂ 15 ਕੁਐਸਚਨ ਆ ਗਏ, 18 ਕੁਐਸਚਨ ਆ ਗਏ, 19 ਆ ਗਏ, 21 ਆ ਗਏ, ਪਰ ਉਹ ਜਿਹੜੇ 9 ਆ ਉਹ 9 ਕਿੱਥੋਂ ਆ ਗਏ ਭਾਈ? ਤਾਂ ਉਹ 9 ਆਪਾਂ ਕਲੀਅਰ ਕਰਨੇ ਆ, ਉਹ ਕਲੀਅਰ ਹੋਣਗੇ ਜੇਕਰ ਰੈਗੂਲਰ ਸੈਸ਼ਨ ਕਰਦੇ ਰਹੋਗੇ। ਇਸੇ ਕਰਕੇ ਮੈਂ ਹਰ ਸੈਸ਼ਨ ਦੇ ਵਿੱਚ ਨਵੇਂ ਤੋਂ ਨਵੇਂ ਕੁਐਸਚਨ ਲਿਆਉਣ ਦੀ ਕੋਸ਼ਿਸ਼ ਕਰਦਾ, ਵਾਰ ਵਾਰ ਰਿਪੀਟ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਖਾਸ ਕਰਕੇ ਜੇਕਰ ਉਹਦਾ ਦੇਖਣਾ ਵੀ ਚਾਹੁੰਦੇ ਹੋ ਵੀ ਹਾਂ ਵੀ ਇਹ ਕੁਐਸਚਨ ਕਿਹੋ ਜਿਹੇ ਇਹੋ ਜਿਹੀ ਜਿਹੜੀ ਕਿਹੜੀ ਗੱਲਾਂ ਕਰ ਰਹੇ ਹੈ, ਤਾਂ ਦੇਖੋ ਮੈਗਾ ਸੈਸ਼ਨ ਜਿਹੜਾ ਜੀਕੇ ਦਾ ਆਲਰੇਡੀ ਮੈਂ ਪਿਛਲੇ 3-4 ਦਿਨ ਪਹਿਲਾਂ ਲਾਇਆ ਗਾ, ਉਹਦੇ ਵਿੱਚ ਬੜੇ ਸੋਹਣੇ ਕੁਐਸਚਨ ਹੈ, ਬਹੁਤ ਵਧੀਆ ਵਧੀਆ ਕੁਐਸਚਨ ਹੈ। ਐਂਡ ਉਹੋ ਜਿਹੇ ਖੂਬਸੂਰਤ ਕੁਐਸਚਨ ਮੈਂ ਹੋਰ ਵੀ ਲਿਆਉਂਦਾ ਰਹੂੰਗਾ। ਐਂਡ ਇੱਕ ਯੂਨੀਕ ਸੈਸ਼ਨ ਆਊਗਾ ਜੀਕੇ ਦਾ, ਬਹੁਤ ਸੋਹਣਾ ਉਹ ਬਣ ਰਿਹਾ ਗਾ, ਬਸ ਥੋੜ੍ਹਾ ਜਿਹਾ ਟਾਈਮ, ਮੈਗਾ ਸੈਸ਼ਨ ਨੂੰ ਟਾਈਮ ਜ਼ਰੂਰ ਲੱਗਦਾ ਗਾ। ਅਤੇ ਬਾਕੀ ਉਹੀ ਗੱਲ ਹੈ ਵੀ ਜੇਕਰ ਮੈਨੂੰ ਉਸ ਤਰੀਕੇ ਦਾ ਰਿਸਪੋਂਸ ਆਉਂਦਾ ਰਹੂਗਾ ਨਾ ਕਿ ਜਿਸ ਤਰੀਕੇ ਦਾ ਮੈਨੂੰ ਆਇਆ ਵੀ ਹਾਂ ਇਸ ਕੰਟੈਂਟ ਦੀ ਵੈਲਿਊ ਪੈ ਰਹੀ ਹੈ, ਇਹ ਨਾ ਹੋਵੇ ਕਿ ਪੇਪਰ ਤੋਂ ਬਾਅਦ ਉਹਦੀ ਵੈਲਿਊ ਪਵੇ, ਕੋਈ ਕਾਸ਼ ਕਰ ਲੈਂਦੇ ਜਿਵੇਂ ਨੈਬ ਦੇ ਬਾਅਦ ਹੋਇਆ। ਮੈਂ ਬਹੁਤ ਤਕੜੇ ਤਰੀਕੇ ਦੇ ਨਾਲ ਜੀਓਗ੍ਰਾਫੀ, ਪੋਲੀਟੀ, ਹਿਸਟਰੀ ਕਰਾਈ, ਬਟ ਉਸ ਟਾਈਮ 'ਤੇ ਜਦੋਂ ਮੈਂ ਕਰਾ ਰਿਹਾ ਸੀ ਉਸ ਟਾਈਮ 'ਤੇ ਮੈਨੂੰ ਕਿਸੇ ਨੇ ਕਰਾਉਣ ਨਹੀਂ ਦਿੱਤੀ ਕਿ ਸਰ ਤੁਸੀਂ ਬਹੁਤ ਲੈਵਲ ਹਾਈ ਕਰਾ ਰਹੇ ਹੋ। ਬਟ ਪੇਪਰ ਹੋਣ ਤੋਂ ਬਾਅਦ, ਉਹ ਤਾਂ ਚਲੋ ਠੀਕ ਆ, ਹੁਣ ਨੈਬ ਦਾ ਸਕੈਮ ਹੋ ਗਿਆ, ਕੁਛ ਵੀ ਆ, ਪਰ ਪੇਪਰ ਹੋਣ ਤੋਂ ਬਾਅਦ ਮੈਨੂੰ ਜਿਹੜੀਆਂ ਕਾਲਾਂ ਆਈਆਂ ਨਾ ਉਹ ਪਹਿਲਾਂ ਆਉਣੀਆਂ ਚਾਹੀਦੀਆਂ ਸੀ ਕਿ ਸਰ ਹਾਂ ਜੋ ਤੁਸੀਂ ਪੜ੍ਹਾਇਆ ਜਾਂ ਜਿੰਨਾ ਆਪਾਂ ਲੈਵਲ ਕਰ ਰਹੇ ਸੀ ਉਹੀ ਲੈਵਲ ਆਇਆ, ਰਾਈਟ। ਇਹ ਪਤਾ ਉਹਨਾਂ ਨੂੰ ਜਿਹੜੇ ਮੇਰੇ ਤੋਂ ਪੜ੍ਹੇ ਹੋਏ ਆ ਜਾਂ ਜਿਨ੍ਹਾਂ ਨੇ ਮੇਰੀ ਪਹਿਲਾਂ ਸੀਰੀਜ਼ ਦੇਖੀ ਆ PPSC ਵਾਲੇ। ਸੋ ਉਹੀ ਚੀਜ਼ ਆ ਕਿ ਜੇਕਰ ਕਰਵਾ ਰਿਹਾ ਤਾਂ ਥੋੜ੍ਹਾ ਜਿਹਾ ਯਕੀਨ, ਅਤੇ ਬਾਕੀ ਇੱਕ ਯੂਟਿਊਬ 'ਤੇ ਜਿੰਨਾ ਘੱਟ ਟਾਈਮ ਲਾਓਗੇ ਉਨਾ ਫਾਇਦਾ। ਕਿਸੇ ਇੱਕ ਨੂੰ ਫੋਲੋ ਕਰ ਲਓ, ਮੈਨੂੰ ਕਰ ਲਓ, ਚਾਹੇ ਕਿਸੇ ਹੋਰ ਨੂੰ ਕਰ ਲਓ। ਜੇ ਕਿਸੇ ਹੋਰ ਨੂੰ ਕਰ ਰਹੇ ਹੋ ਤਾਂ ਮੈਨੂੰ ਨਾ ਕਰੋ, ਜੇ ਮੈਨੂੰ ਕਰ ਰਹੇ ਹੋ ਤਾਂ ਕਿਸੇ ਹੋਰ ਨੂੰ ਨਾ ਕਰੋ। ਬਹੁਤ ਸਿੰਪਲ ਜੀ ਗੱਲ ਆ, ਕਿਸੇ ਇੱਕ 'ਤੇ ਭਰੋਸਾ ਰੱਖੋ, ਜਿਹੜਾ ਤੁਹਾਨੂੰ ਆਸੇ ਪਾਸੇ ਦੇਖੋ 4-5 ਜਣੇ, 2 ਟੀਚਰ ਚੁਣ ਲਓ ਚਲੋ ਇੱਕ ਦੀ ਥਾਂ 'ਤੇ, ਪਰ ਆਪਣਾ ਟਾਈਮ ਆਪਣਾ ਫਿਕਸ ਰੱਖ ਲਓ ਕਿ ਮੈਂ ਯੂਟਿਊਬ 'ਤੇ ਸਿਰਫ ਘੰਟਾ ਦਿਨ ਦੇ ਵਿੱਚ ਲਾਉਣਾ ਜਾਂ 2 ਘੰਟੇ ਲਾਉਣੇ ਆ, ਜਾਂ ਜੋ ਕਲਾਸ ਆਊਗੀ ਬਸ ਉਹ ਦੇਖਣੀ, ਉਸ ਤੋਂ ਬਾਅਦ ਨਹੀਂ। ਹੁਣ ਜਦੋਂ ਮਰਜ਼ੀ ਦੇਖ ਲਓ ਆਪਣਾ ਟਾਈਮ ਇੱਕ ਫਿਕਸ ਕਰ ਲਓ, ਬਸ ਇੰਨੀ ਚੀਜ਼ਾਂ। ਬਾਕੀ ਉਹੀ ਗੱਲ ਆ ਵੀ ਸਟ੍ਰੈਟਜੀ ਵਗੈਰਾ ਮੈਂ ਬਾਅਦ ਦੇ ਵਿੱਚ ਦੱਸਦਾ ਰਹੂੰਗਾ, ਰਾਈਟ ਹੈ। ਸੋ ਇਹ ਮੇਰੀ ਜੈਨੂਨ ਐਡਵਾਈਸ ਸੀਗੀ। ਬਾਕੀ ਜੇ ਤੁਹਾਨੂੰ ਫਿਰ ਵੀ ਲੱਗਦਾ ਕਿ ਪਤਾ ਨਹੀਂ, ਕਈ ਵਾਰੀ ਨਵਾਂ ਹੁੰਦਾ ਨਾ ਸਟੂਡੈਂਟ ਕਿ ਉਹਨੂੰ ਪਤਾ ਨਹੀਂ ਹੁੰਦਾ ਟੀਚਰ ਬਾਰੇ ਕਿ ਟੀਚਰ ਕਿਵੇਂ ਦਾ ਕੀ ਗੱਲਬਾਤ ਆ, ਹੁਣ ਤਾਂ ਇਹ ਵੀ ਚੀਜ਼ਾਂ ਹੋਣ ਲੱਗ ਗਈਆਂ ਕਿ ਪੁੱਛ ਲੈਂਦੇ ਜਵਾਕ ਆਪ ਹੀ ਕਿ ਸਰ ਤੁਸੀਂ ਥੋੜ੍ਹਾ ਜਿਹਾ ਦੱਸੋ ਆਪਣੇ ਇੰਸਟੀਟਿਊਟ ਬਾਰੇ। ਤਾਂ ਉਹ ਮੈਂ ਬਹੁਤ ਟਾਈਮ ਤੋਂ ਲੁਕੋ ਰਿਹਾ ਸੀ, ਜਾਂ ਇਹ ਕਹਿ ਲਓ ਵੀ ਬਹੁਤ ਟਾਈਮ ਤੋਂ ਉਹਨਾਂ ਚੀਜ਼ਾਂ ਨੂੰ ਮੈਂ ਸ਼ੋਅ ਨਹੀਂ ਕਰਦਾ ਸੀ, ਜਾਂ ਮੈਨੂੰ ਸ਼ੋਅ ਕਰਨਾ ਵਧੀਆ ਨਹੀਂ ਲੱਗਦਾ, ਪਰ ਫਿਰ ਵੀ ਇੱਕ ਪਾਰਟੀ ਜੀ ਹੋ ਕੇ ਹਟੀ ਹੈ, ਸਕਸੈਸ ਪਾਰਟੀ, SSSB, ਥੋੜ੍ਹਾ ਜਿਹਾ ਜਵਾਕਾਂ ਨੂੰ ਸੁਣਿਓ ਜ਼ਰੂਰ। ਮੈਂ ਇਹ ਨਹੀਂ ਕਹਿੰਦਾ ਕਿ ਉਹ ਕੋਈ ਤੁਹਾਨੂੰ ਪਤਾ ਨਹੀਂ ਕੀ ਸਟ੍ਰੈਟਜੀ ਦੱਸ ਦੇਣਗੇ, ਪਰ ਤੁਹਾਨੂੰ ਕਨੈਕਸ਼ਨ ਪਤਾ ਲੱਗੂਗਾ ਕਿ ਬੱਚਿਆਂ ਦਾ ਕਨੈਕਸ਼ਨ ਮੇਰੇ ਨਾਲ ਕੀ ਆ ਜਾਂ ਮੇਰਾ ਉਹਨਾਂ ਨਾਲ ਕਨੈਕਸ਼ਨ ਕੀ ਆ। ਇੱਕ ਫੀਲ ਆਊਗਾ ਤੁਹਾਨੂੰ ਵੀ ਹਾਂ ਜੋ ਆਪਾਂ ਜਿਹਦੀਆਂ ਗੱਲਾਂ ਬਾਤਾਂ ਸੁਣ ਰਹੇ ਹਾਂ ਇੱਕ ਤਰੀਕੇ ਦੀ ਜੈਨੂਨ ਐਡਵਾਈਸ ਹੀ ਦੇ ਰਿਹਾ ਹੈਗਾ, ਰਾਈਟ। ਸੋ ਆਹੀ ਗੱਲ ਆ ਵੀ ਦੇਖੋਗੇ ਤਾਂ ਹੀ ਪਤਾ ਲੱਗੂਗਾ। ਬਾਕੀ ਉਹੀ ਚੀਜ਼ਾਂ ਵੀ ਲਿੰਕ ਦੇ ਵਿੱਚ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ, ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦੂੰਗਾ, ਸਾਰੇ ਉਹ ਤੁਸੀਂ ਚੀਜ਼ਾਂ ਦੇਖ ਸਕਦੇ ਹੋ। ਬਾਕੀ ਤਾਂ ਫਿਰ ਸਾਰਾ ਕੁਝ ਪਤਾ ਹੀ ਹੈ ਤੁਹਾਨੂੰ, ਠੀਕ ਹੈ। ਸੋ ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਆਪਾਂ ਕੱਲ੍ਹ ਤੋਂ ਯਾਨੀ ਕੰਟੀਨਿਊਟੀ ਦੇ ਨਾਲ ਇਹ ਸਾਰੇ ਸੈਸ਼ਨ ਲਾਉਂਦੇ ਰਹਾਂਗੇ। ਬਾਕੀ ਉਹੀ ਗੱਲ ਹੈ ਵੀ ਜੇਕਰ ਤੁਸੀਂ PDF ਡਾਊਨਲੋਡ ਕਰਨਾ ਚਾਹੁੰਦੇ ਪਹਿਲਾਂ ਵਾਲੇ ਸੈਸ਼ਨ ਦੇਖ ਲਏ ਤਾਂ ਬੈਚ ਕੋਡ YouTube PDF ਜਲਦੀ ਤੋਂ ਜਲਦੀ ਕਰੋ ਅਤੇ ਕੰਟੀਨਿਊਟੀ ਕੰਸਿਸਟੈਂਸੀ ਬਣਾ ਕੇ ਰੱਖਣੀ ਹੈ। ਬਾਕੀ ਮੈਂ ਹੋਰ ਵੀ ਸੈਸ਼ਨ ਇੱਥੇ ਲੈ ਕੇ ਆਉਂਦਾ ਰਹੂੰਗਾ। ਸੋ ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਅਤੇ ਆਪਾਂ ਹੋਰ ਨਵੀਆਂ ਨਵੀਆਂ ਵੀਡੀਓ ਨਾਲ ਮਿਲਦੇ ਰਹਾਂਗੇ। ਗੁੱਡ ਲੱਕ।